ਗੁਰਦੇ ਅਤੇ ਪਿੱਤੇ ਦੀ ਪੱਥਰੀ ਦਾ ਇਲਾਜ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ, ਦੇਸੀ ਤਰੀਕੇ ਨਾਲ, ਅਤੇ ਦਿਨਾਂ ਦੇ ਵਿੱਚ ਤੁਸੀਂ ਆਪਣੀ ਪੱਥਰੀ ਨੂੰ ਬਾਹਰ ਕੱਢ ਸਕਦੇ ਹੋ। ਇਹ ਤਰੀਕਾ ਬਹੁਤ ਹੀ ਪੁਰਾਣਾ ਤਰੀਕਾ ਹੈ ਅਤੇ ਆਪਾਂ ਆਪਣੇ ਘਰ ਦੇ ਵਿੱਚ ਵੀ ਇਹ ਤਰੀਕਾ ਵਰਤਿਆ ਹੋਇਆ ਅਤੇ ਹੋਰ ਵੀ ਆਪਣੇ ਕਈ ਮਤਲਬ ਕਿ ਆਪਣੇ ਮਿੱਤਰ ਦੋਸਤਾਂ ਨੂੰ ਇਹ ਤਰੀਕਾ ਦੱਸਿਆ, ਸਾਰਿਆਂ ਨੇ ਮਤਲਬ ਕਿ ਤਰੀਕਾ ਵਰਤਿਆ ਹੋਇਆ ਅਤੇ ਬਹੁਤ ਵਧੀਆ ਤਰੀਕਾ ਇਹ ਪੱਥਰੀ ਬਾਹਰ ਕੱਢਣ ਦਾ। ਚਾਹੇ ਪਿੱਤੇ ਦੀ ਪੱਥਰੀ ਹੈ, ਚਾਹੇ ਹੈਗੀ ਹੈ ਤੁਹਾਡੀ ਮਤਲਬ ਕਿ ਗੁਰਦੇ ਦੀ, ਦੋਹੇ ਪੱਥਰੀਆਂ ਦਾ ਇਲਾਜ ਤੁਸੀਂ ਆਪਣਾ ਇਸ ਤਰੀਕੇ ਨਾਲ ਕਰ ਸਕਦੇ। ਜਿਹੜਾ ਪੱਥਰੀ ਕਾਰਨ ਤੁਹਾਡੇ ਦਰਦ ਹੁੰਦਾ ਉਹ ਤੁਹਾਡਾ ਪਹਿਲੇ ਦਿਨ ਤੋਂ ਠੀਕ ਹੋ ਜੂਗਾ ਅਤੇ ਇਹ ਬਣਾ ਕੇ ਤੁਸੀਂ ਮਤਲਬ ਕਿ ਕਿਵੇਂ ਬਣਾਉਣੀ ਹੈ ਇਹ ਤਰੀਕਾ ਸਿੱਖ ਲਿਓ ਅਤੇ ਅੱਗੇ ਵੀ ਵੀਡੀਓ ਸ਼ੇਅਰ ਕਰ ਦਿਓ, ਜਾਂ ਤੁਸੀਂ ਤਰੀਕਾ ਮਤਲਬ ਕਿ ਅੱਗੇ ਜ਼ਰੂਰ ਦੱਸਿਓ ਕਿਸੇ ਨੂੰ ਜਿਹਦੇ ਮਤਲਬ ਕਿ ਇਹ ਪੱਥਰੀ ਦੀ ਪ੍ਰੋਬਲਮ ਹੈਗੀ ਹੈ, ਉਹਨੂੰ ਜ਼ਰੂਰ ਦੱਸਿਓ ਤਰੀਕਾ। ਅਤੇ ਇੱਕ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਵਰਤਣੇ ਆ ਨਿੰਬੂ। ਨਿੰਬੂ ਮਤਲਬ ਕਿ ਇਹਦੇ ਵਿੱਚ ਸਭ ਤੋਂ ਮੇਨ ਚੀਜ਼ ਹੈ ਜਿਹੜੀ ਨਿੰਬੂ ਵਰਤਣੇ ਆਪਾਂ। ਤੁਸੀਂ ਜਿਵੇਂ ਕਿਲੋ ਦਾ ਤਿਆਰ ਕਰ ਸਕਦੇ ਹੋ, ਅੱਧੀ ਕਿਲੋ ਨਿੰਬੂ ਦਾ ਵੀ ਤਿਆਰ ਕਰ ਸਕਦੇ ਹੋ, ਕਿਲੋ ਜਾਂ ਅੱਧੀ ਕਿਲੋ, ਦੋਹਾਂ 'ਚੋਂ ਤੁਸੀਂ ਇੱਕ ਵੀ ਕਰ ਸਕਦੇ ਹੋ, ਕਿਲੋ ਤੋਂ ਵੱਧ ਨਹੀਂ ਕਰਨਾ। ਜਿਵੇਂ ਆਪਾਂ ਅੱਧੀ ਕਿਲੋ ਦਾ ਲਾ ਲਈਏ, ਅੱਧੀ ਕਿਲੋ ਦਾ ਕਰਨਾ ਤਿਆਰ, ਉਹਦੇ ਵਾਸਤੇ ਸਮਾਨ ਦੱਸਦਾ ਮੈਂ ਅੱਧੀ ਕਿਲੋ ਤਿਆਰ ਕਰਨ ਵਾਸਤੇ। ਅਤੇ ਇਹ ਆਪਾਂ ਇੱਕ ਮਤਲਬ ਕਿ ਆਪਾਂ ਤਾਂ ਵੈਸੇ ਬਣਾ ਕੇ ਤੁਹਾਨੂੰ ਦੱਸ ਰਹੇ ਹਾਂ, ਆਪਾਂ ਨੂੰ ਇਸ ਟਾਈਮ ਇਹਦੀ ਕੋਈ ਲੋੜ ਨਹੀਂ। ਪਹਿਲਾਂ ਆਪਾਂ ਜਿਵੇਂ ਤਿਆਰ ਕੀਤਾ ਸੀ ਕਿਲੋ ਦਾ ਤਿਆਰ ਕੀਤਾ ਸੀ, ਆਪਾਂ ਨੇ ਉਦੋਂ ਘਰ ਦੇ ਵਿੱਚ ਵਰਤੇ ਵੀ ਹੈ ਅਤੇ ਉਹਦਾ ਰਿਜ਼ਲਟ ਵੀ ਮਿਲਿਆ। ਅਤੇ ਤੁਸੀਂ ਕੀ ਕਰਨਾ, ਅੱਧੀ ਕਿਲੋ ਨਿੰਬੂ ਨੂੰ ਨਿਚੋੜਨਾ ਕੰਚ ਦੇ ਕਿਸੇ ਭਾਂਡੇ 'ਚ, ਉਹਨੂੰ ਕਦੇ ਵੀ ਹੋਰ ਕਿਸੇ ਵੀ ਬਰਤਨ 'ਚ ਨਹੀਂ ਪਾਉਣਾ, ਕੰਚ ਤੋਂ ਬਗੈਰ, ਸਿਰਫ ਕੰਚ ਦੇ ਵਿੱਚ ਹੀ ਪਾਉਣਾ ਤੁਸੀਂ। ਕੰਚ ਦੀ ਭਾਂਡਾ ਹੋਵੇ, ਜੇਕਰ ਤੁਸੀਂ ਅੱਗੇ ਬੋਤਲ 'ਚ ਪਾਉਣੀ ਤਾਂ ਬੋਤਲ ਵੀ ਕੰਚ ਦੀ ਹੋਵੇ, ਹੋਰ ਕਿਸੇ ਧਾਤ ਦਾ ਕੋਈ ਬਰਤਨ ਨਾ ਹੋਵੇ। ਉਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਨਿੰਬੂਆਂ ਨੂੰ ਨਿਚੋੜ ਲਓ, ਜਿਹੜੇ ਅੱਧੀ ਕਿਲੋ ਨਿੰਬੂ ਤੁਹਾਡੇ ਉਹਨਾਂ ਨੂੰ ਨਿਚੋੜ ਲਓ, ਜੇਕਰ ਕਿਲੋ ਤਿਆਰ ਕਰਨਾ ਤਾਂ ਕਿਲੋ ਦਾ ਕਰ ਲਓ, ਤਾਂ ਕਿਲੋ ਨਿੰਬੂਆਂ ਨੂੰ ਨਿਚੋੜ ਲਓ। ਪੱਥਰੀ ਨੂੰ ਬਾਹਰ ਕੱਢਣ ਵਾਸਤੇ ਬਹੁਤ ਵੀਰ ਬਹੁਤ ਗਲਤ ਤਰੀਕੇ ਵਰਤ ਲੈਂਦੇ, ਉਹ ਵੀ ਆਪਾਂ ਨਾਲ ਦੀ ਨਾਲ ਦੱਸਾਂਗੇ। ਇਹਨੂੰ ਵਰਤਣ ਵਾਸਤੇ ਸਾਵਧਾਨੀ ਜ਼ਰੂਰ ਵਰਤਣੀ ਪਊਗੀ, ਨਹੀਂ ਤੁਹਾਡਾ ਨੁਕਸਾਨ ਵੀ ਹੋ ਸਕਦਾ। ਜਿਵੇਂ ਵਿੱਚ ਕਈ ਵਾਰੀ ਕੋਈ ਜਿਵੇਂ ਉਹਦਾ ਸ਼ੂਗਰ ਦੇ ਮਰੀਜ਼ ਹੁੰਦੇ ਆ, ਉਹ ਇਹਨੂੰ ਗਲਤ ਤਰੀਕੇ ਨਾਲ ਵਰਤ ਲੈਂਦੇ। ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਨਹੀਂ ਹੈਗੇ ਤਾਂ ਤੁਹਾਨੂੰ ਕੋਈ ਚੱਕਰ ਨਹੀਂ। ਅਤੇ ਇੱਕ ਪੱਥਰੀ ਨੂੰ ਮਤਲਬ ਬਾਹਰ ਕੱਢਣ ਵਾਸਤੇ ਇੱਕ ਹੋਰ ਤਰੀਕਾ ਵਰਤਦੇ ਨੇ, ਉਹ ਵੀ ਆਪਾਂ ਦੱਸਾਂਗੇ। ਉਹ ਤੁਸੀਂ ਮਤਲਬ ਕਿ ਬਾਜ਼ਾਰ 'ਚੋਂ ਜਿਹੜੇ ਲੈ ਕੇ ਸਮਾਨ ਵਰਤਦੇ ਹੋ ਉਹਦੇ ਬਾਰੇ ਦੱਸਾਂਗੇ, ਉਹ ਕਦੇ ਵਰਤਣੇ ਚਾਹੀਦੇ, ਉਹਦੇ ਕੀ ਨੁਕਸਾਨ ਨੇ। ਹੁਣ ਜਿਵੇਂ ਆਪਾਂ ਰਸ ਕੱਢ ਲਿਆ ਤਾਂ ਇਹਦੇ ਵਿੱਚ ਇੱਕ ਕੌਡੀਆਂ ਹੁੰਦੀਆਂ ਨੇ, ਪੰਸਾਰੇ ਦੇ ਮਿਲ ਜਾਣਗੀਆਂ। ਇਹ ਕੌਡੀਆਂ ਤੁਸੀਂ ਪਾਉਣੀਆਂ ਕਿੰਨੀਆਂ ਨੇ, ਕਿਲੋ ਮਗਰ 100 ਗ੍ਰਾਮ ਅਤੇ ਅੱਧੀ ਕਿਲੋ ਮਗਰ 50 ਗ੍ਰਾਮ। ਇਹ ਬਸ ਇਹਦਾ ਇੱਕ ਫਾਰਮੂਲਾ ਹੈ, ਜੇ ਮਤਲਬ ਕਿ ਤੁਸੀਂ ਕਿਲੋ ਤਿਆਰ ਕਰਨੀ 100 ਗ੍ਰਾਮ, ਅੱਧੀ ਕਿਲੋ ਤਿਆਰ ਕਰਨੀ ਤਾਂ 50 ਗ੍ਰਾਮ ਕੌਡੀਆਂ ਵਿੱਚ ਪਾ ਦਿਉ, ਉਹੀ ਕੰਚ ਦੇ ਬਰਤਨ ਦੇ ਵਿੱਚ। ਇਹਨੂੰ ਤੁਸੀਂ ਕੁੱਟ ਕੇ ਨਹੀਂ ਪਾਉਣਾ, ਕੁਛ ਨਹੀਂ ਕਰਨਾ, 2-3 ਘੰਟੇ ਦੇ ਵਿੱਚ ਇਹ ਵਿੱਚੇ ਖੁਰ ਜਾਣਗੀਆਂ। ਮਤਲਬ ਕਿ ਇਹਨਾਂ ਨੂੰ ਕੁਛ ਵੀ ਕਰਨ ਦੀ ਲੋੜ ਨਹੀਂ, ਐਟੋਮੈਟਿਕ ਆਪੇ ਖੁਰ ਜਾਣਗੀਆਂ ਵਿੱਚ। ਜਿੱਦਾਂ ਤੁਸੀਂ ਤਿਆਰ ਕਰ ਲਿਆ ਇਹਨੂੰ, ਪਹਿਲੇ ਦਿਨ ਉਹਨੂੰ ਐਵੇਂ ਰੱਖ ਦਿਉ ਜਿਵੇਂ ਤੁਸੀਂ ਤਿਆਰ ਕਰਿਆ, ਜਿਸ ਤਰ੍ਹਾਂ ਹੁਣ ਬੰਨ ਲਿਆ, ਅਤੇ ਅਗਲੇ ਦਿਨ ਤੋਂ ਮਤਲਬ ਕਿ ਇਹਨੂੰ ਪੀਣਾ ਸਟਾਰਟ ਕਰ ਦਿਉ। ਦਿਨ ਦੇ ਵਿੱਚ 2 ਟਾਈਮ ਪੀਣੀ ਆ, 2-2 ਚਮਚੇ ਪੀਣੀ ਆ। 20-25 ਦਿਨਾਂ ਦੇ ਵਿੱਚ ਤੁਹਾਡੀ ਜਿਹੜੀ ਪੱਥਰੀ ਖੁਰ ਜੂਗੀ ਸਾਰੀ ਬਿਲਕੁਲ। ਅਤੇ ਇਹ ਤਰੀਕਾ ਵਰਤ ਲਿਆ। ਹੁਣ ਜਿਹੜਾ ਆਹ ਤਰੀਕਾ ਵਰਤਦੇ ਆ ਬਾਜ਼ਾਰ 'ਚੋਂ ਲੈ ਕੇ ਖਾਰਾ ਪੀਂਦੇ ਨੇ, ਕਹੀ ਖਾਰਾ ਪੀਂਦੇ ਨੇ, ਹੁਣ ਜਿਵੇਂ ਮੈਂ ਇੱਕ ਸੁਣਿਆ ਕਹਿੰਦਾ ਸਟਿੰਗਾਂ ਸਟੁੰਗਾਂ ਨਾਲ ਵੀ ਕਹਿੰਦੇ ਵੀ ਵਰਤਦੇ ਨੇ, ਇਹਦੇ ਨਾਲ ਪੱਥਰੀ ਖੁਰ ਤਾਂ ਜਾਊਗੀ ਜਿਹੜੇ ਤੁਹਾਡੀ ਖਾਰਾ ਪੀਂਦੇ ਹੋ, ਪਰ ਇਹਦੇ ਨਾਲ ਤੁਹਾਡੀ ਕਿਡਨੀ ਵਗੈਰਾ ਵੀ ਫੇਲ ਹੋ ਜੂਗੀ, ਤੁਹਾਡੇ ਲੀਵਰ ਫੈਟੀ ਹੋ ਜੂਗਾ, ਬਹੁਤ ਨੁਕਸਾਨ ਹੋਇਆ, ਕਿਡਨੀ ਤੁਹਾਡੀ ਬਿਲਕੁਲ ਫੇਲ ਹੋ ਜੂਗੀ ਜੇਕਰ ਤੁਸੀਂ ਮਤਲਬ ਖਾਰੇ ਨਾਲ ਆਪਣਾ ਟ੍ਰੀਟਮੈਂਟ ਕਰਿਆ। ਇਹ ਤਰੀਕਾ ਕਦੇ ਨਾ ਵਰਤੋ, ਇਹ ਤੁਹਾਡੇ ਲਈ ਬਹੁਤ ਨੁਕਸਾਨਦੇਹ ਇੱਕ ਤਰੀਕਾ ਖਾਰੇ ਵਾਲਾ। ਠੀਕ ਤਾਂ ਹੋ ਜੂਗੇ ਇਹਦੇ ਨਾਲ, ਪਰ ਅੱਗੇ ਕਿਡਨੀਆਂ ਵੀ ਖਰਾਬ ਹੁੰਦੀਆਂ ਨੇ। ਠੀਕ ਹੈ ਦੋਸਤੋ, ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਅਤੇ ਪੇਜ ਨੂੰ ਫੋਲੋ ਕਰ ਲਿਓ ਜੀ।